ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਦੇ ਮੁਹੱਲਾ ਸ਼ਾਲੀਮਾਰ ਨਗਰ ਵਿਖੇ ਕੋਰੋਨਾ ਵਾਇਰਸ ਸੰਬੰਧੀ ਮੌਕ ਡਰਿੱਲ ਕਰਵਾਈ ਗਈ, ਜਿਸ ਵਿੱਚ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿਹਾਤੀ ਖੇਤਰ ਵਿੱਚ ਮੌਕ ਡਰਿੱਲ ਕਰਵਾਈ ਜਾ ਚੁੱਕੀ ਹੈ ਅਤੇ ਅੱਜ ਅਰਬਨ ਏਰੀਏ ਵਿੱਚ ਮੌਕ ਡਰਿੱਲ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਮੌਕ ਡਰਿੱਲ ਦਾ ਮੁੱਖ ਉਦੇਸ਼ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਨਾ ਅਤੇ ਵਿਭਾਗਾਂ ਦਾ ਆਪਸੀ ਤਾਲਮੇਲ ਅਤੇ ਜਾਗਰੂਕਤਾ ਫੈਲਾਉਣਾ ਹੈ। ਉਹਨਾਂ ਕਿਹਾ ਕਿ ਜ਼ਿਲ੍ਹੇ 'ਚ ਹਾਲੇ ਤੱਕ ਕੋਰੋਨਾ ਵਾਇਰਸ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਅਤੇ ਲੋਕਾਂ ਨੂੰ ਇਸ ਤੋਂ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ। ਹੁਸ਼ਿਆਰਪੁਰ ਤੋਂ ਚੇਤਨ ਕਸ਼ਯਪ ਅਤੇ ਗੋਵਿੰਦਜੀਤ ਸਿੰਘ ਦੀ ਰਿਪੋਰਟ। ਅੱਜ ਅਸੀਂ ਇੱਥੇ ਸ਼ਾਲੀਮਾਰ ਬਾਗ ਦੇ ਵਿੱਚ ਇੱਕ ਕੋਰੋਨਾ ਵਾਇਰਸ ਨਾਲ ਰਿਲੇਟਡ ਮੌਕ ਡਰਿੱਲ ਕੀਤੀ ਹੈ, ਜਿਹਦੇ ਵਿੱਚ ਪ੍ਰਸ਼ਾਸਨ, ਪੁਲਿਸ, ਹੈਲਥ ਡਿਪਾਰਟਮੈਂਟ, ਕਾਰਪੋਰੇਸ਼ਨ ਸਾਰਿਆਂ ਵੱਲੋਂ ਜੁਆਇੰਟਲੀ ਇਹ ਡਰਿੱਲ ਕੀਤੀ ਗਈ ਹੈ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ। ਇਸ ਤੋਂ ਪਹਿਲਾਂ ਲਾਸਟ ਵੀਕ ਵੀ ਅਸੀਂ ਟਾਨਾ ਦੇ ਵਿੱਚ ਇਸ ਤਰ੍ਹਾਂ ਦੀ ਡਰਿੱਲ ਕੀਤੀ ਸੀਗੀ। ਇਸ ਦਾ ਮਕਸਦ ਇਹ ਹੈ ਕਿ ਅਸੀਂ ਇੱਕ ਆਪਣੀ ਤਿਆਰੀ ਦਾ ਜਾਇਜ਼ਾ ਲੈਂਦੇ ਹਾਂ ਕਿ ਕੋਰੋਨਾ ਵਾਇਰਸ, ਜੋ ਕਿ ਆਪਾਂ ਜਾਣਦੇ ਹਾਂ ਕਿ ਬਹੁਤ ਤੇਜ਼ੀ ਨਾਲ ਸਪਰੈਡ ਹੋ ਰਿਹਾ ਹੈ ਕਈ ਦੇਸ਼ਾਂ ਦੇ ਵਿੱਚ, ਉਹਦੇ ਲਈ ਆਪਣੀ ਕੀ ਤਿਆਰੀ ਹੈ, ਸਿਹਤ ਵਿਭਾਗ ਦੀ ਕੀ ਤਿਆਰੀ ਹੈ, ਪ੍ਰਸ਼ਾਸਨ ਦੀ, ਉਹਦਾ ਇੱਕ ਜਾਇਜ਼ਾ ਲਿਆ ਜਾਂਦਾ ਹੈ। ਨਾਲ ਹੀ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਕ੍ਰੀਏਟ ਕੀਤੀ ਗਈ ਹੈ। ਇਸ ਏਰੀਆ ਦੇ ਵਿੱਚ ਪੈਂਫਲੇਟ ਵੰਡੇ ਜਾ ਰਹੇ ਨੇ ਹਾਊਸ ਹੋਲਡ ਟੂ ਹਾਊਸ ਹੋਲਡ ਬਾਏ ਦ ਟੀਮਸ ਆਫ ਹੈਲਥ ਡਿਪਾਰਟਮੈਂਟ ਐਂਡ ਐਡਮਿਨਿਸਟ੍ਰੇਸ਼ਨ, ਤਾਂ ਕਿ ਇਹਦੇ ਬਾਰੇ ਜੋ ਰੂਮਰਸ ਨੇ, ਅਫਵਾਹਾਂ ਨੇ, ਉਹਨਾਂ ਤੋਂ ਦੂਰ ਰਿਹਾ ਜਾ ਸਕੇ ਅਤੇ ਸਹੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਈ ਜਾ ਸਕੇ। ਮੈਂ ਸਭ ਨੂੰ ਇਹੀ ਅਪੀਲ ਕਰਨਾ ਚਾਹੂੰਗੀ ਕਿ ਇਸ ਤੋਂ ਬਿਲਕੁਲ ਵੀ ਡਰਨ ਦੀ ਜ਼ਰੂਰਤ ਨਹੀਂ ਹੈ, ਇਹਦਾ ਕਿਓਰ ਹੈ। ਅਤੇ ਸਭ ਤੋਂ ਜ਼ਰੂਰੀ ਹੈ ਕਿ ਅਸੀਂ ਪ੍ਰੀਕੋਸ਼ਨ ਲਈਏ। ਪ੍ਰੀਕੋਸ਼ਨ ਦੇ ਵਿੱਚ ਅਸੀਂ ਜ਼ਿਆਦਾ ਕਰਾਊਡਡ ਏਰੀਆਜ਼ ਦੇ ਵਿੱਚ ਨਾ ਜਾਈਏ, ਅਸੀਂ ਆਪਣੀ ਹਾਈਜੀਨ ਦਾ ਖਿਆਲ ਰੱਖੀਏ, ਆਪਣੇ ਹੱਥ ਰੈਗੂਲਰਲੀ ਵਾਸ਼ ਕਰੀਏ, ਅਤੇ ਜੇ ਕੋਈ ਥੋੜ੍ਹਾ ਜਿਹਾ ਵੀ ਸਸਪੈਕਟਡ ਕੋਈ ਕੇਸ ਲੱਗਦਾ ਹੈ ਤਾਂ ਉਹ ਆਪਾਂ ਹੈਲਥ ਡਿਪਾਰਟਮੈਂਟ ਨੂੰ ਇਨਫੋਰਮ ਕਰੀਏ। ਹੁਸ਼ਿਆਰਪੁਰ ਦਾ ਹੈਲਥ ਡਿਪਾਰਟਮੈਂਟ ਇਸ ਦੇ ਲਈ ਬਿਲਕੁਲ ਤਿਆਰ ਹੈ, ਉਹਨਾਂ ਦੇ ਕੋਲ ਸਾਰੇ ਇਕਿਪਮੈਂਟਸ, ਦਵਾਈਆਂ, ਸਭ ਕੁਛ ਮੌਜੂਦ ਹੈ। ਅਤੇ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਜ਼ਿਆਦਾ ਕਰਾਊਡਡ ਏਰੀਆਜ਼ ਦੇ ਵਿੱਚ ਨਾ ਜਾ ਕੇ, ਸਿਰਫ ਜੋ ਲੋੜ ਦਾ ਬਹੁਤ ਹੀ ਜ਼ਰੂਰੀ ਚੀਜ਼ ਹੈ ਉਹੀ ਲੈਣ ਬਾਹਰ ਜਾਈਏ। ਜ਼ਿਆਦਾ ਤੋਂ ਜ਼ਿਆਦਾ ਅਸੀਂ ਆਪਣੇ ਘਰਾਂ ਦੇ ਵਿੱਚ ਹੀ ਸੀਮਤ ਰਹੇ। ਮੈਡਮ, ਇਹ ਦੇਖਣ ਨੂੰ ਆਇਆ ਕਿ ਜਿਹੜੇ ਇੰਸਟਰਕਸ਼ਨ ਦਿੱਤੀ ਜਾਂਦੀ ਕਿ ਮਾਸਕ ਵਗੈਰਾ ਲੈ ਜਾਣ, ਪਰ ਇੱਥੇ ਡਿਪਾਰਟਮੈਂਟ ਨੇ ਨਾ ਕਿਸੇ ਨੇ ਵੀ ਮਾਸਕ, ਕਿਉਂਕਿ ਇਸ ਲਈ ਸੀ ਕਿਉਂਕਿ ਇਸ ਟਾਈਮ ਇੱਥੇ ਕੋਈ ਅਫੈਕਟਿਡ ਵਿਅਕਤੀ ਨਹੀਂ ਹੈ। ਮਾਸਕ ਸਿਰਫ ਜੋ ਅਫੈਕਟਿਡ ਹੈ ਉਸਨੂੰ ਹੀ ਜ਼ਰੂਰਤ ਹੈ, ਹੈਲਦੀ ਜੋ ਲੋਕ ਨੇ ਉਹਨਾਂ ਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ। ਰੈਸਟੋਰੈਂਟ, ਹੋਟਲ, ਇਹਨਾਂ ਨੂੰ ਬੰਦ ਕਰਨ ਦੀਆਂ ਸਰਕਾਰ ਦੀਆਂ ਹਦਾਇਤਾਂ ਹੈ, ਪੂਰੀ ਤਰ੍ਹਾਂ ਇਹਨਾਂ ਨੂੰ ਬੰਦ ਕਰਨ ਦੇ ਹੁਕਮ ਹੋਏ ਨੇ। ਜੇਕਰ ਕੋਈ ਐਸਾ ਧਿਆਨ ਦੇ ਵਿੱਚ ਆਉਂਦਾ, ਉਹਨਾਂ ਨੂੰ ਬੁਲਾ ਕੇ ਦੁਬਾਰਾ ਆਦੇਸ਼ ਦਿੱਤੇ ਜਾਣਗੇ ਕਿ ਉਹ ਬੰਦ ਕਰਨ। ਮੈਡਮ, ਨਗਰ ਨਿਗਮ ਵੱਲੋਂ ਹਾਲੇ ਵੀ ਸਫਾਈ ਦਾ ਕੋਈ ਸ਼ਹਿਰ 'ਚ ਧਿਆਨ ਨਹੀਂ ਰੱਖਿਆ ਜਾ ਰਿਹਾ, ਬਹੁਤ ਜ਼ਿਆਦਾ ਕੂੜੇ ਦੇ ਡੰਪ ਹਰ ਜਗ੍ਹਾ ਉੱਦਾਂ ਹੀ ਹੈ। ਨਗਰ ਨਿਗਮ ਹੋ ਗਿਆ ਮੈਡਮ, ਗਵਰਨਮੈਂਟ ਕਾਲਜ ਚੌਂਕ ਹੋ ਗਿਆ, ਰੇਲਵੇ ਫਾਟਕ ਦੇ ਨਜ਼ਦੀਕ ਹੈਗਾ, ਇੱਥੋਂ ਤੱਕ ਮੈਡਮ ਨਗਰ ਨਿਗਮ ਦੇ ਦਫ਼ਤਰ ਦੇ 100 ਮੀਟਰ ਦੇ ਘੇਰੇ 'ਚ ਪਲਾਸਟਿਕ ਦੇ ਬਹੁਤ ਵੱਡੇ ਵੱਡੇ ਰੇੜੇ ਆ, ਪਰ ਉਹਨੂੰ ਡੇਲੀ ਅੱਗ ਲਗਾਈ ਜਾਂਦੀ ਹੈ। ਨਗਰ ਨਿਗਮ ਦੇ ਨਾਲ ਇੱਕ ਮੀਟਿੰਗ ਕਰਕੇ ਇਹਦੇ ਬਾਰੇ ਆਦੇਸ਼ ਦਿੱਤੇ ਜਾਣਗੇ ਅਤੇ ਜਲਦੀ ਇਹਨੂੰ ਹਟਾਇਆ ਜਾਏਗਾ। ਮੈਂ ਕਿਹਾ ਜਿਵੇਂ ਨਗਰ ਨਿਗਮ ਨਾਲ ਮੀਟਿੰਗ ਕਰਕੇ ਅਸੀਂ ਇਹਨੂੰ ਜਲਦੀ ਤੋਂ ਜਲਦੀ ਐਡਰੈਸ ਕਰਦੇ ਹਾਂ। ਸਕੂਲ ਵੀ ਮੈਮ ਖੁੱਲ੍ਹੇ ਆ ਹਜੇ ਤੱਕ? ਜਿਨ੍ਹਾਂ ਦੇ ਪੇਪਰ ਹੈ ਸਿਰਫ ਉਹੀ ਖੁੱਲ੍ਹੇ ਨੇ, ਉਹ ਗਵਰਨਮੈਂਟ ਦੀ ਇਹ ਇੰਸਟਰਕਸ਼ਨ ਆ, ਪੇਪਰ ਖਤਮ ਹੁੰਦੇ ਹੀ ਬੰਦ ਹੋ ਜਾਂਦੇ। ਅੱਜ ਸਾਰਿਆਂ ਦੇ ਨਾਲ ਮੀਟਿੰਗ ਕਰਕੇ ਇਹਨਾਂ ਨੂੰ ਇੱਕ ਵਾਰੀ ਸਰਕਾਰ ਦੀਆਂ ਹਦਾਇਤਾਂ ਬਾਰੇ ਜਾਣੂ ਕਰਕੇ ਇਹਨਾਂ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਜਾਏਗਾ। ਬਾਰੇ ਮੈਡਮ ਤੁਸੀਂ ਸੰਡੇ ਵੀ ਗੱਲ ਕੀਤੀ ਸੀਗੀ, ਤੁਸੀਂ ਕਿਹਾ ਸੀ ਕਿ ਜਿਮ ਵਾਲੇ ਜਿਹੜੇ ਖੁੱਲ੍ਹੇ ਹੈਗੇ ਉਹਨਾਂ ਨਾਲ ਮੈਂ ਮੀਟਿੰਗ ਬੁਲਾਊਂਗੀ। ਸਭ ਐਸ ਡੀ ਐਮਸ ਨੂੰ ਐਸ ਡੀ ਐਮ ਸਾਹਿਬ ਇੱਥੇ ਖੜੇ ਨੇ, ਅਤੇ ਹਾਲੇ ਤੱਕ ਕੋਈ ਮੀਟਿੰਗ ਨਹੀਂ ਬੁਲਾਈ। ਸਭ ਐਸ ਡੀ ਐਮਸ ਇੱਥੇ ਖੜੇ ਨੇ ਕਿਉਂਕਿ ਸਾਰੇ ਡਿਸਟ੍ਰਿਕਟ ਦੇ ਜਿਮ ਵਾਲਿਆਂ ਨੂੰ ਇੱਕ ਜ਼ਿਲ੍ਹੇ ਦੇ ਵਿੱਚ ਬੁਲਾਉਣਾ
ਠੀਕ ਨਹੀਂ ਹੁੰਦਾ। ਐਸ ਡੀ ਐਮਸ ਦੇ ਨਾਲ ਮੀਟਿੰਗ ਕਰਨ ਦੇ ਲਈ ਆਦੇਸ਼ ਦਿੱਤੇ ਗਏ, ਮੀਟਿੰਗ ਹੋ ਵੀ ਗਈ ਹੈ ਐਸ ਡੀ ਐਮਸ ਦੀ। ਜਿੱਥੇ ਜਿੱਥੇ ਕੋਈ ਕੰਪਲੇਂਟ ਵੀ ਆ ਰਹੀ ਹੈ ਕਿ ਪਰਟੀਕੁਲਰ ਜਿਮ ਜਾਂ ਕੋਚਿੰਗ ਸੈਂਟਰ ਜਾਂ ਸਕੂਲ ਖੁੱਲ੍ਹਾ ਹੈ, ਉਹਨਾਂ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਬੰਦ ਕਰਵਾਇਆ ਜਾ ਰਿਹਾ। ਜੇ ਤੁਹਾਡੇ ਧਿਆਨ ਦੇ ਵਿੱਚ ਵੀ ਕੋਈ ਆਉਂਦਾ ਤੁਸੀਂ ਸਾਨੂੰ ਦੱਸੋ ਸਪੈਸੀਫਿਕਲੀ ਕਿ ਪਰਟੀਕੁਲਰ ਜਿਮ ਜਾਂ ਇਹ ਪਰਟੀਕੁਲਰ ਮਾਲ ਖੁੱਲ੍ਹਿਆ ਹੈ, ਅਸੀਂ ਉਹਨਾਂ ਨੂੰ। ਮੈਡਮ, ਲਫਾਫੇ ਵਾਲਿਆਂ ਵੱਲੋਂ ਜਿਹੜੇ ਆ ਉਹ ਮਾਸਕ ਵੇਚਣ ਦੀ ਵੀ ਜਿਹੜੀ ਗੱਲ ਦੇਖਣ 'ਚ ਆ ਰਹੀ ਸ਼ਹਿਰ ਦੇ ਵਿੱਚ, ਜਿਹਨਾਂ ਨੂੰ ਅਧਿਕਾਰ ਨਹੀਂ ਹੈਗੇ ਮਾਸਕ ਉਹ ਵੀ ਵੇਚ ਰਹੇ ਹੈਗੇ, ਇਹੋ ਜਿਹੀ ਕੋਈ ਸਪੈਸੀਫਿਕ ਕੰਪਲੇਂਟ ਹੈਗੀ ਸਾਡੇ ਧਿਆਨ ਦੇ ਵਿੱਚ ਲਿਆਓ। ਬਾਰ ਬਾਰ ਅਸੀਂ ਵੀ ਅਪੀਲ ਕਰ ਰਹੇ ਹਾਂ ਥਰੂ ਆਰ ਸੋਸ਼ਲ ਮੀਡੀਆ ਐਂਡ ਅਦਰ ਮੀਡੀਅਮਸ ਕਿ ਜਿਹੜਾ ਵੀ ਹੈਲਦੀ ਪਰਸਨ ਹੈਗਾ ਉਹਨੂੰ ਮਾਸਕ ਦੀ ਜ਼ਰੂਰਤ ਨਹੀਂ ਹੈ। ਜਿਹੜਾ ਕੋਈ ਸਸਪੈਕਟਡ ਹੈ ਜਿਹਦੇ 'ਚ ਸਿਮਟਮਸ ਹੈਗੇ, ਸਿਰਫ ਉਹਨੂੰ ਮਾਸਕ ਦੀ ਜ਼ਰੂਰਤ ਹੈ। ਪੈਨਿਕ ਹੋ ਕੇ ਮਾਸਕ ਖਰੀਦਣਾ ਇਹ ਬਿਲਕੁਲ ਵੀ ਐਡਵਾਈਜ਼ੇਬਲ ਨਹੀਂ ਹੈ। Are you ready to study? We have the Hoshiarpur's number one institute, well-equipped labs with modern facilities. For more information, log on to www.hisexcellent.com. Admission open for the season 2021. His Excellent Institutes of Medical, Non-Medical and Commerce.